ਬਿਸ਼ੱਕ ਪੰਜਾਬ ਸਰਕਾਰ ਵੱਲੋਂ ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਜੇਕਰ ਗੱਲ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਕੀਤੀ ਜਾਵੇ ਤਾਂ ਇੱਥੇ ਹਾਲੇ ਤੱਕ ਕਣਕ ਦਾ ਇੱਕ ਵਿਦਾਨਾ ਨਹੀਂ ਪਹੁੰਚਿਆ ਕਿਸਾਨਾਂ ਦਾ ਕਹਿਣਾ ਕਿ ਅਜੇ ਫਸਲਾਂ ਦੇ ਖਰਾਬੇ ਦੀ ਗਿਰਦੌਰੀ ਨਹੀਂ ਹੋ ਸਕੀ ਇਸੇ ਤੇ ਚਲਦੇ ਆਂ ਫਸਲਾਂ ਮੰਡੀ ਚ ਨਹੀਂ ਪਹੁੰਚ 파 ਰਹੀਆਂ ਜਿਲੋਪਰੀ ਤੋਂ ਸੀ ਇਸ ਵਕ ਖੜੇ ਆਂ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਵਿੱਚ ਤੇ ਤੁਹਾਨੂੰ ਖੰਨਾ ਮੰਡੀ ਦੇ ਹਾਲਾਤ ਦਿਖਾ ਦਿੰਨੇ ਆ ਜਿੱਥੇ ਕੀ 1 ਅਪ੍ਰੈਲ ਨੂੰ ਅੱਗੇ ਤੋਂ ਕਿਸਾਨਾਂ ਦੀਆਂ ਫਸਲਾਂ ਨਾਲ ਇਹ ਮੰਡੀ ਭਰ ਜਾਂਦੀ ਹੈ ਤੇ ਕਣਕ ਦੀ ਫਸਲ ਜਿਹੜੀ ਹੈ ਉਹ ਇੰਨੀ ਖੋ ਜਾਂਦੀ ਹੈ ਕਿ ਟਰਾਲੀ ਦੁਆਰਾ ਸਿੱਟਰ ਨੂੰ ਜਗ੍ਹਾ ਨਹੀਂ ਮਿਲਦੀ ਤੇ ਤੁਹਾਨੂੰ ਹੁਣ ਖੰਨਾ ਏਸ਼ੀਆ ਦੀ ਜਿਹੜੀ ਸਭ ਤੋਂ ਵੱਡੀ ਮੰਡੀ ਹੈ ਉਹਦੇ ਹਾਲਾਤ ਦਿਖਾ ਦਿੰਨੇ ਇਸ ਵਕਤ ਇੱਥੇ ਸਰੋਂ ਦੀ ਫਸਲ ਜ਼ਰੂਰ ਪਈ ਹੈ ਕਿਸਾਨ ਵੀਰ ਰਹਿਗੇ ਜਿਹੜੇ ਕਿ ਇੱਥੇ ਸਰੋਂ ਦੀ ਫਸਲ ਜ਼ਰੂਰ ਲੈ ਕੇ ਆਏ ਨੇ ਪਰ ਕਣਕ ਦਾ ਜਿਹੜਾ ਦਾਣਾ ਹੈ ਇਸ ਟਾਈਮ ਇੱਥੇ ਵੇਖਣ ਨੂੰ ਨਹੀਂ ਮਿਲਦਾ ਤੁਸੀਂ ਦੂਰ-ਦੂਰ ਤੱਕ ਦੇਖ ਸਕਦੇ ਹੋ ਕਿਤੇ ਵੀ ਜਿਹੜੀ ਕਣਕ ਦੀ ਫਸਲ ਐਸ ਮੰਡੀ ਦੇ ਵਿੱਚ ਨਹੀਂ ਆਈ ਤੇ ਇੱਥੇ ਕਿਸਾਨ ਵੀਰ ਵੀ ਮੌਜੂਦ ਨੇ ਉਹਨਾਂ ਨੂੰ ਪੁੱਛ ਲੈਣੇ ਨੇ ਕਿ ਇਹ ਜੇ ਹਾਲਾਤ ਐ ਤੇ ਕਿਦਾਂ ਫਸਲ ਉਹ ਕਦੋਂ ਆਏਗੀ ਤੇ ਗਦਾਰੀਆਂ ਕਿੰਨੀਆਂ ਖੋਈਆਂ ਨੇ ਕਿੰਨੀ ਸਰਕਾਰ ਵੱਲੋਂ ਮੁਆਵਜ਼ੇ ਦੀ ਜਿਹੜੀ ਗੱਲ ਕੀਤੀ ਗਈ ਸੀ ਕਿੰਨਾ ਕੁ ਹਜੇ ਕਿਸੇ ਨੂੰ ਮਿਲਿਆ ਕਿਹੇ ਜੇ ਹਾਲਾਤ ਨੇ ਇਸ ਵਾਰ ਫਸਲ ਦੇ ਮਾੜੇ ਹੀ ਹਾਲਾਤ ਆ ਜੀ ਫਸਲ ਦੇ ਦਾ ਕਿੰਨਾ ਪਰਸੈਂਟ ਨੁਕਸਾਨ ਹੋਇਆ 50% ਦਾ ਨੁਕਸਾਨ ਆ ਜੀ 100 'ਚ ਅੱਧੇ ਪੱਲੇ ਪੈਣਾ ਜੀ ਮੱਧਵਲ ਪੱਲੇ ਕੁਝ ਨਹੀਂ ਪੈਣਾ ਕਣਕ ਦੇ ਇੱਕ ਤਰੀਕ ਤੋਂ ਚੋਨੇ ਦੀ ਅਸਰ ਕਣਕ ਦੀ ਖਰੀਦ ਸ਼ੁਰੂ ਹੋਣੀ ਸੀ ਤੇ ਤੁਹਾਨੂੰ ਕੀ ਲੱਗਦਾ ਕਦ ਤੱਕ ਕਣਕ ਆਏਗੀ ਮੰਡੀ 'ਚ ਕਣਕ ਤਾਂ 12 ਤਰੀਕ ਤੱਕ ਆਊਗੀ ਵਿਸਾਖੀ ਦੇ ਨੇੜੇ ਜਾ ਕੇ ਆਊਗੀ ਜੀ ਕਣਕ ਤੇ ਗਦਾਰੀ ਕਰਨ ਪਹੁੰਚੇ ਕੋਈ ਕੋਈ ਨਹੀਂ ਆਇਆ ਜੀ ਅਧਿਕਾਰੀ ਹਲੇ ਤੱਕ ਤੇ ਕੀ ਲੱਗਦਾ ਤੁਹਾਨੂੰ ਵੀ ਸਰਕਾਰ ਲੇਟ ਕਿਉਂ ਕਰ ਰਹੀ ਹੈ ਸਰਕਾਰ ਨੇ ਦੇਣੇ ਨਹੀਂ ਜੀ ਕੋਸਾ ਕਿਆ ਮਾਵਜਾ ਦੇ ਦੇਣਗੇ ਜੀ ਇਹ ਫਸਲ ਦਾ ਕੁਝ ਨਹੀਂ ਮਿਲਣਾ ਦੌਰੀਆਂ ਦਾ ਪਟਵਾਰੀ ਆਪਣਾ ਕਰਕੇ ਜਾਬਦਾ ਪੂਰਾ ਕਰ ਜਨੇ ਪਿਛਲੇ ਹਜੇ ਜੀਰੀ ਦਾ ਨਹੀਂ ਹਲੇ ਤੱਕ ਕੁਝ ਮਿਲਿਆ ਕਰ ਦੌਰੀਆਂ ਪਹਿਲਾਂ ਹੋਲੀਆਂ ਉਹਨਾਂ ਦਾ ਨਹੀਂ ਮਿਲਿਆ ਜੀਰੀ ਦਾ ਕੁਝ ਵੀ ਮੰਡੀ ਦੇ ਵਿੱਚ ਫਸਲ ਆਜੂਗੀ ਤਾਂ ਉਹਦਾ ਸਾਰਾ ਪਤਾ ਲੱਗੂ ਵੀ ਕਿੰਨਾ ਨੁਕਸਾਨ ਆ ਕਿੰਨਾ ਇਹਦੇ ਵਿੱਚ ਡੈਮੇਜ ਆ ਕਿੰਨਾ ਡਿਸਕਲਰ ਆ ਕਿੰਨਾ ਮੋਚਰਾਮ ਆ ਰਿਹਾ ਚੋ ਜੇ ਪੁਰਾਣਾ ਹਲੇ ਤੇ ਪਮਾਨੇ ਪੁਰਾਣੀ ਨਹੀਂ ਕੋਈ ਲੈਕਸੇਸ਼ਨ ਵਾਲੀ ਗੱਲ ਤਾਂ ਹੈ ਨਹੀਂ ਹਲੇ